ਤੇ ਹੋਣਗੇ ਇਦਾਂ ਹੀ ਜਿਹੜੇ ਕਾਰੀਗਰ ਹੁੰਦੇ ਆ ਉਹ ਡੋਰਾਂ ਤਿਆਰ ਕਰਦੇ ਆ ਇਦਾਂ ਦੀ ਯਾਰ। ਆ ਦੇਖੋ ਮੇਡ ਇਨ ਇੰਡੀਆ ਲਿਖਿਆ ਹੋਇਆ, ਮੇਡ ਇਨ ਇੰਡੀਆ ਮੇਕ ਇਨ ਇੰਡੀਆ ਇਹਦੀ ਪੈਕਿੰਗ ਆਈ ਹੋਈ ਆ। ਓ ਦੇਖੋ ਡੋਰ ਕਿੰਨੀ ਵਧੀਆ ਯਾਰ। ਓਏ ਟੁੱਟ ਗਈ, ਓਏ ਇੱਕ ਮਿੰਟ, ਓਏ ਖਿੱਚ ਤੂੰ ਚੱਲ। ਹਾਂਜੀ ਬਾਈ ਕਿਵੇਂ ਹੋ? ਤੇ ਅੱਜ ਆਪਾਂ ਇੱਕ ਹੋਰ ਘੈਂਟ ਵਲੌਗ ਲੈ ਕੇ ਆਏ ਹਾਂ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਡੋਰ ਬਣਾਉਣੀ ਆ। ਤੁਸੀਂ ਯਾਰ ਰੱਸੀਆਂ ਬੰਨੀਆਂ ਦੇਖ ਰਹੇ ਹੋਵੋਗੇ, ਇਦਾਂ ਹੀ ਜਿਹੜੇ ਕਾਰੀਗਰ ਹੁੰਦੇ ਆ ਉਹ ਡੋਰਾਂ ਤਿਆਰ ਕਰਦੇ ਆ। ਤੇ ਪਹਿਲੀ ਵਾਰ ਅਸੀਂ ਡੋਰ ਬਣਾਉਣ ਜਾ ਰਹੇ ਹਾਂ, ਸਾਨੂੰ ਨਹੀਂ ਪਤਾ ਕਿੱਦਾਂ ਬਣੂਗੀ। ਸਾਡੇ ਨਾਲ ਸਾਡੇ ਕਾਰੀਗਰ ਜੀ ਮੌਜੂਦ ਨੇ, ਕੈਮਰਾਮੈਨ ਮਨਵੀਰ, ਤੇ ਇਹ ਤੁਹਾਨੂੰ ਦੱਸਣਗੇ ਕਿੱਦਾਂ ਬਣਦੀ ਆ ਡੋਰ। ਪਹਿਲਾਂ ਤਾਂ ਆਪਾਂ ਨੂੰ ਕੰਚ ਚਾਹੀਦਾ, ਚਾਹੇ ਆਪਣੇ ਕੋਲ ਬਾਜ਼ਾਰ 'ਚ ਬਣਿਆ ਬਣਾਇਆ ਮਿਲਦਾ ਪਿਆ ਵਾ, ਬੱਲਬ ਨੂੰ ਭੰਨ ਕੇ ਉਹਨੂੰ ਚੂਰਾ ਉਹਦਾ ਬਣਾ ਰਹੇ ਹਾਂ, ਠੀਕ ਹੈ। ਆਪਾਂ ਨੂੰ ਕਲਰ ਵਧੀਆ ਲੱਗਦਾ ਜਿਹੜਾ ਆਪਾਂ ਚਾਹੁੰਦੇ ਹਾਂ ਵੀ ਡੋਰ ਹੈ ਨਾ ਇਹ ਰੰਗ ਦੀ ਹੋਵੇ, ਆਪਾਂ ਨੂੰ ਉਹ ਰੰਗ ਚਾਹੀਦਾ। ਸੋ ਆਪਾਂ ਪੈਕਟ ਲੈ ਕੇ ਆਉਂਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿਹੜੀ ਸਾਡੇ ਕੋਲ ਫੈਵੀਕੋਲ ਅਸੀਂ ਵਰਤਦੇ ਪਏ ਹਾਂ ਅਤੇ ਉਹੀ ਹੀ ਵਰਤੀ ਜਾਊਗੀ ਇਹਦੇ ਵਿੱਚ। ਥੋੜ੍ਹਾ ਜਿਹਾ ਸਮਾਨ ਲੈ ਕੇ ਆਉਣ ਵਾਲਾ, ਫੈਵੀਕੋਲ ਸਾਡੇ ਕੋਲ ਪਈ ਆ ਅਤੇ ਕੰਚ ਭੂਰਿਆ ਹੋਇਆ ਮਿਲ ਜਾਂਦਾ ਬਾਜ਼ਾਰੋਂ, ਉਹ ਲੈ ਆਵਾਂਗੇ, ਪਲੱਸ ਨਾਲ ਹੋਰ ਰੰਗ ਵਗੈਰਾ ਲੈ ਆਵਾਂਗੇ। ਅਤੇ ਹੋਰ ਕਿਹਦੀ ਲੋੜ ਹੁੰਦੀ ਆ? ਇਹਦੇ ਵਿੱਚ ਆਟਾ ਪੈਂਦਾ ਸ਼ਾਇਦ। ਚਲੋ ਜੋ ਜੋ ਸਮਾਨ ਹੋਇਆ ਉਹ ਲੈ ਕੇ ਆਉਂਦੇ ਹਾਂ ਅਤੇ ਡੋਰ ਬਣਾਉਣੀ ਸ਼ੁਰੂ ਕਰਦੇ ਹਾਂ। ਲਾਈਕ ਕਰ ਦਿਓ ਅੱਜ ਦੇ ਵਲੌਗ ਨੂੰ। ਰੀਲ ਲੈ ਲਈ ਬਈ, ਅਤੇ ਆਪਣਾ ਹੁਣ ਕੱਚ ਵੀ ਲੈਣ ਆਏ ਸੀ, ਕੱਚ ਚੂਰਿਆ ਹੋਇਆ ਮਿਲਿਆ ਨਹੀਂ, ਦੇਖਦੇ ਹਾਂ ਜੇ ਕਿਤੋਂ ਟਿਊਬ ਮਿਲੀ। ਏਅਰ ਲੈਣ ਤਾਂ ਅਸੀਂ ਕੱਚ ਵਗੈਰਾ ਗਏ ਸੀ, ਬਟ ਇੱਕ ਪੰਗਾ ਪੈ ਗਿਆ, ਉਹ ਬੰਦੇ ਤੋਂ ਕੱਚ ਮਿਲਿਆ ਨਹੀਂ। ਉਹ ਕਹਿੰਦਾ ਇੱਕ ਦੋ ਦਿਨ ਤੋਂ ਅੰਮ੍ਰਿਤਸਰ ਤੋਂ ਮੰਗਾ ਦੂੰਗਾ ਮੈਂ, ਬਟ ਹੁਣ ਇੱਕ ਸਾਨੂੰ ਘੈਂਟ ਜਿਹੀ ਚੀਜ਼ ਮਿਲੀ ਆ, ਮੋਨੋਕਾਈਟ ਦੀ ਬਿਲਕੁਲ ਨਵੀਂ ਪੈਕਿੰਗ। ਮੋਨੋਕਾਈਟ ਡੋਰ ਆਈ ਆ ਪੂਰੀ ਨਵੀਂ ਪੈਕਿੰਗ ਦੇ ਵਿੱਚ, ਓਰੀਜਨਲ ਸਟਿੱਕਾਂ ਨਾਲ ਮਿਲੀਆਂ ਨੇ। ਆਹ ਦੇਖੋ ਸਟਿੱਕ ਵਗੈਰਾ ਨਾਲ ਆ, ਬਟ ਇੱਕ ਇਹ ਕੋਟਨ ਮਾਂਜਾ, ਚਾਈਨੀਜ਼ ਮਾਂਜਾ ਨਹੀਂ, ਜਿਵੇਂ ਤੁਹਾਨੂੰ ਪਤਾ ਸੀ ਚਾਈਨੀਜ਼ ਮਾਂਜਾ ਨਹੀਂ ਯੂਜ਼ ਕਰਦੇ, ਕੋਟਨ ਮਾਂਜਾ ਹੀ ਯੂਜ਼ ਕਰਦੇ ਹਾਂ। ਤਾਂ ਇਹ ਆ ਮੋਨੋਕਾਈਟ ਦਾ ਕੋਟਨ ਮਾਂਜਾ, ਅਤੇ ਦੁਕਾਨਦਾਰ ਨੇ ਬਈ ਸਾਨੂੰ ਇੰਨੀ ਗੱਲ ਕਹੀ ਆ, ਕਹਿੰਦਾ ਜੇ ਨਾ ਨਜ਼ਾਰਾ ਆਇਆ ਤਾਂ ਡਬਲ ਪੈਸੇ ਦੋ। ਇਹ ਵੀ ਆਪਾਂ ਨੂੰ 800 ਰੁਪਏ ਦਾ ਪਿਆ ਵਾ ਵਿਦ ਸਟਿੱਕ, ਅਤੇ ਓਰੀਜਨਲ ਮੋਨੋਕਾਈਟ ਦੀਆਂ ਸਟਿੱਕਾਂ ਨੇ। ਇੱਕ ਵਾਰ ਤੁਹਾਨੂੰ ਪੈਕਿੰਗ ਚੈੱਕ ਕਰਾਉਂਦਾ, ਦਿਖਾਏ ਪਲਾਸਟਿਕ ਦੀ ਪੈਕਿੰਗ ਆਈ ਹੈ ਕੁਛ ਇੱਦਾਂ ਦੀ ਯਾਰ। ਆਹ ਦੇਖੋ ਮੇਡ ਇਨ ਇੰਡੀਆ ਲਿਖਿਆ ਹੋਇਆ, ਮੇਡ ਇਨ ਇੰਡੀਆ ਮੇਕ ਇਨ ਇੰਡੀਆ, ਮੋਨੋਕਾਈਟ ਦੀ ਬ੍ਰੈਂਡਿੰਗ ਓਰੀਜਨਲ ਆ, ਜੋ ਕਿ ਮੋਨੋਕਾਈਟ ਕੰਪਨੀ ਦਾ ਹੀ ਧਾਗੇ ਦਾ ਬਣਾਇਆ ਹੋਇਆ। ਇਹਨੂੰ ਆਪਾਂ ਅਨਬੋਕਸ ਕਰਦੇ ਹਾਂ ਯਾਰ। ਮੋਟੀ ਤਾਂ ਹੈਗੀ ਆ, ਕਾਫੀ ਮੋਟੀ ਹੋਈ ਆ। ਮੋਟੀ ਹੈ ਅੰਦਰੋਂ, ਬਰੀਕ ਬਰੀਕ ਆ ਬਾਈ, ਕਈ ਵਾਰ ਨਾ ਗੁੱਟ ਅੰਦਰੋਂ ਮੋਟਾ ਹੁੰਦਾ ਉਹਦੇ ਕਰਕੇ ਡੋਰ ਨਹੀਂ ਉਹਤੇ ਹੁੰਦੀ। ਚੱਲ ਆਪਾਂ ਇਹਨੂੰ ਖੋਲਦੇ ਹਾਂ ਅਤੇ ਤੁਹਾਨੂੰ ਕੁਆਲਿਟੀ ਚੈੱਕ ਕਰਾਉਂਦਾ ਯਾਰ ਕਿੱਦਾਂ ਦੀ ਆ। ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰ, ਜੇ ਤੁਸੀਂ ਸ਼ੇਅਰ ਮਾਰਕੀਟ 'ਚ ਇੰਟਰਸਟਿਡ ਹੋ, ਸਟੋਕਸ ਅਕੈਡਮੀ ਨੂੰ ਫੋਲੋ ਕਰ ਸਕਦੇ ਹੋ। ਸਾਈਟ 'ਤੇ ਤੁਹਾਨੂੰ ਇੰਸਟਾਗ੍ਰਾਮ ਅਕਾਊਂਟ ਆ ਰਿਹਾ ਉਹਨਾਂ ਦਾ, ਮੈਂ ਪਰਸਨਲੀ ਉਹਨਾਂ ਤੋਂ ਟ੍ਰੇਡਿੰਗ ਸਿੱਖ ਰਿਹਾ। ਲਵਿਸ਼ ਸਰ ਉੱਥੇ ਤੁਹਾਡੇ ਕੋਚ ਜਾਂ ਮੈਂਟਰ ਹੋਣਗੇ, ਬੜਾ ਫਰੈਂਡਲੀ ਵੇ ਆ ਟ੍ਰੇਡਿੰਗ ਸਿਖਾਉਣ ਦਾ। ਆਫਲਾਈਨ ਅਤੇ ਆਨਲਾਈਨ ਦੋਨੇ ਕਲਾਸਿਸ ਅਵੇਲੇਬਲ ਨੇ। ਜੇ ਤੁਸੀਂ ਆਫਲਾਈਨ ਸਿੱਖਣਾ ਚਾਹੁੰਦੇ ਹੋ, ਦਿੱਲੀ ਦੇ ਵਿੱਚ ਆਫਲਾਈਨ ਲੋਕੇਟਡ ਆ, ਬਾਕੀ ਆਨਲਾਈਨ ਕਲਾਸ ਵੀ ਬਹੁਤ ਵਧੀਆ ਰਹਿੰਦੀ ਆ। ਮੈਂ ਪਰਸਨਲੀ ਆਨਲਾਈਨ ਬੈਚ 'ਚ, ਜਿਹੜਾ ਸਿਖਾਉਣ ਦਾ ਤਰੀਕਾ ਉਹ ਬਹੁਤ ਫਰੈਂਡਲੀ ਆ, ਜੋ ਮਰਜ਼ੀ ਡਾਊਟ ਤੁਸੀਂ ਉੱਥੇ ਲਾਈਵ ਆਪਣੇ ਪੁੱਛ ਸਕਦੇ ਹੋ। ਉਹਦੇ ਨਾਲ ਇੱਕ ਹੋਰ ਵਧੀਆ ਗੱਲ ਆ ਵੀ ਲਾਈਵ ਟ੍ਰੇਡ ਵੀ ਹੁੰਦਾ, ਜਿਹਦੇ ਨਾਲ ਤੁਹਾਡਾ ਕੌਨਫੀਡੈਂਸ ਬਿਲਡ ਹੁੰਦਾ। ਸਕਰੀਨ 'ਤੇ ਤੁਹਾਨੂੰ ਇਹਨਾਂ ਦਾ ਅਕਾਊਂਟ ਸ਼ੋਅ ਰਿਹਾ ਹੋਣਾ ਇੰਸਟਾਗ੍ਰਾਮ ਦਾ, ਜਾਓ ਫੋਲੋ ਕਰੋ ਅਤੇ ਕਲਾਸਿਸ ਵਗੈਰਾ ਟ੍ਰੇਡਿੰਗ ਸਟਾਰਟ ਕਰੋ। ਗੱਤੇ ਦੀ ਪੈਕਿੰਗ ਆ, ਜਿਵੇਂ ਅੱਗੇ ਤਾਂ ਪਲਾਸਟਿਕ ਦੀ ਪੈਕਿੰਗ ਹੁੰਦੀ ਹੈ, ਗੱਤੇ ਦੀ ਪੈਕਿੰਗ ਆਈ ਹੋਈ ਹੈ। ਓ ਕਿਆ ਬਾਤ ਹੈ, ਦੇਖਣ ਨੂੰ ਲੱਗ ਰਿਹਾ ਨਾ ਵੀ ਸ਼ਾਇਦ ਗੱਲਬਾਤ ਹੋਊਗੀ। ਬੰਦੇ ਨੇ ਖੁਦ ਕਿਹਾ ਯਾਰ, ਕਹਿੰਦਾ ਵੀ ਡਬਲ ਪੈਸੇ ਦਊ ਜਿਸ ਪਸੰਦ ਨਾ ਆਈ। ਮੋਟੀ ਆ ਬਰੀਕ ਡੋਰ ਤਾਂ ਮੈਨੂੰ ਬਹੁਤ ਮੋਟੀ ਲੱਗ ਰਹੀ ਆ। ਮੋਟੀ ਤਾਂ ਹੈਗੀ, ਐਂ ਤਾਂ ਦਿਖੂਗੀ, ਪਰ ਪਹਿਲਾਂ ਟਾਈਗਰ ਨਾਲੋਂ ਬਰੀਕ ਆ। ਟਾਈਗਰ ਨਾਲੋਂ ਬਰੀਕ ਆ, ਟਾਈਗਰ ਨਾਲੋਂ ਬਰੀਕ ਆ, ਦਿਖਾਈ ਟਾਈਗਰ ਨਾਲੋਂ ਬਰੀਕ ਆ, ਦਿਖਾ ਦੋ ਹੱਥ ਲਾ ਕੇ ਦੇਖਣ ਦੇ। ਉਹ ਡੋਰ ਤਾਂ ਵਧੀਆ, ਤਿੱਖੀ ਵੀ ਲੱਗ ਰਹੀ ਆ, ਉਹ ਡੋਰ ਵਧੀਆ ਥੱਲਿਆ, ਤਿੱਖੀ ਵੀ ਆ ਇਹਦੇ। ਇਹ ਵਿਛਾ ਕੇ ਦੇਖ, ਥੱਲੇ ਗੁੰਝਲ ਵੀ ਨਹੀਂ ਪਊ ਇਹਦੇ। ਆਹ ਦੇਖ ਬਹਿ ਜਾਂਦੀ ਹੈ ਡੋਰ, ਉਡਾਉਣ 'ਚ ਇਹਦੇ ਨਾਲ ਮਜ਼ਾ ਆਊ। ਆਹੋ ਇਹ ਤੋੜ ਕੇ ਦੇਖਦੇ ਹਾਂ, ਟਾਈਗਰ ਤੋਂ ਵੀ ਟੁੱਟ ਗਈ ਸੀ, ਮਜ਼ਬੂਤ ਵੀ ਆ ਤਾਂ ਥੋੜ੍ਹੀ। ਦੂਰੋਂ ਫੜ, ਦੂਰੋਂ ਫੜ, ਠੀਕ ਆ। ਹਾਂ ਹਾਂ ਟਾਈਮ ਲੈਂਦੀ ਆ, ਵੀ ਨਹੀਂ ਟੁੱਟਦੀ। ਸਟਿੱਕ ਲਿਆ, ਸਟਿੱਕ ਕਿੱਥੇ ਆ? ਆਏ ਯਾਰ ਮੋਨੋਕਾਈਟ ਦੀ ਓਰੀਜਨਲ ਸਟਿੱਕਾਂ, ਇਹਨਾਂ ਨੂੰ ਖੋਲਦੇ ਹਾਂ, ਇਹਨੂੰ ਫਿੱਟ ਕਰਕੇ ਦੇਖਦੇ ਹਾਂ। ਬਲੂ ਕਲਰ ਦੀ ਪੈਕਿੰਗ ਆਈ ਹੈ, ਨੀਲੇ ਰੰਗ ਦੀ, ਦੇਖ ਇਹਦੇ ਵਿੱਚ ਲਾ ਕੇ ਲੱਗ ਗਈ, ਹੋਏ ਲੱਗ ਗਈ, ਚੜਖੜੀ ਜੀ ਬਣ ਗਈ ਹੈ ਨਾ। ਹਾਂ ਛੋਟੇ ਹੁੰਦੇ ਉਡਾਉਂਦੇ ਸੀ ਜਿਵੇਂ ਮੈਂ, ਘੈਂਟ ਜੀ ਚੜਖੜੀ ਜੀ ਬਣ ਗਈ। ਬੰਬਾ ਫੜੀ, ਘੈਂਟ ਜੀ ਲੱਗਦੀ ਪਈ ਹੈ ਯਾਰ, ਚਲਖੜਾ ਤਾਂ ਸਾਲਾ ਘੈਂਟ ਜਿਹਾ ਲੱਗਦਾ, ਨਜ਼ਾਰਾ ਬਹੁਤ।
देखो डोर किन्नी वधिया यार। ते आपां इहनां नाल इक पतंग उड़ा के देखदे आ ते प्रोपर जे थोड़ी टेस्टिंग देखनी है इहदी ते व्लॉग ते यार कर दो। किन्ने लाइक कराईए? 4000 लाइक कर दो। 3000 तां तुसीं इक दिन च कर दिंदे हो। 4000 लाइक कंप्लीट करो जल्दी तो जल्दी। ਇਹ ਡੋਰ ਦੀ ਪ੍ਰੋਪਰ ਟੈਸਟਿੰਗ ਲੈ ਕੇ ਆਵਾਂਗੇ। ਇੱਕ ਹੀ ਉਡਾਵਾਂਗੇ ਯਾਰ ਅੱਜ ਤੋਂ ਇਹਦੇ ਨਾਲ। ਐਵੇਂ ਬਸ ਅੱਗ ਜੀ ਹੁੰਦੀ ਹੈ ਨਾ ਇੱਕ, ਜੇ ਨਵੀਂ ਨਵੀਂ ਡੋਰ ਹੋਵੇ ਵੀ ਇੱਕ ਉਡਾ ਕੇ ਦੇਖਣਾ। ਕਦੇ ਵੀ ਦੇਖੀ ਲੋਹੜੀ ਤੋਂ ਪਹਿਲਾਂ ਵੀ ਜਿਹੜੀ ਡੋਰ ਲੈ ਕੇ ਆਉਂਦੇ ਹਾਂ ਐਂ ਹੁੰਦਾ ਵੀ ਭਾਈ ਇੱਕ ਵਾਰ ਉਡਾ ਕੇ ਦੇਖ ਲਈਏ। ਧੁੱਪ ਪੂਰੀ ਅੱਖਾਂ 'ਚ ਹੀ ਪੈ ਰਹੀ ਹੈ ਨਾ। ਪਤੰਗ ਬਹੁਤ ਘੈਂਟ ਆ ਯਾਰ, ਹਵਾ ਵੀ ਬਹੁਤ ਘੈਂਟ ਚੱਲਣ ਦੀ ਹੈ। देखिए लागे कल ऐतवार का दिन, कल ए टेस्टिंग बहुत वधिया हो। कच लाएगा सरां च खिचां च ਸੋਹਣਾ। ਸਿੱਧਾ ਖਿੱਚ ਕੇ ਲੈ ਜਾ, ਸਿੱਧਾ ਸਿੱਧਾ। ਓਏ ਟੁੱਟ ਗਈ, ਓਏ ਇੱਕ ਮਿੰਟ, ਓਏ ਓਏ ਖਿੱਚ ਤੂੰ ਚੱਲ ਓਏ। ਉਹ ਟੁੱਟੀ ਹੋਈ ਡੋਰ ਨਾਲ ਹੀ ਕੁਝ ਨਹੀਂ ਕੀਤਾ, ਰੱਖਿਆ ਹੋਇਆ ਸੀ ਓਏ। ਮਤਲਬ ਲਗਾ ਕੇ ਰੱਖਿਆ ਹੋਇਆ ਸੀ, ਮਤਲਬ ਡੋਰ ਘੈਂਟ ਆ ਬਾਈ। ਕੱਲ ਨੂੰ ਮੇਰੀ ਕਰਾਂਗੇ ਪੂਰੀ ਘੈਂਟ ਟੈਸਟਿੰਗ, ਨਜ਼ਾਰਾ ਆ ਜੂ। ਹੈ ਹਾਂ ਉਹ ਦੇ ਪਤੰਗ ਚੜਨ ਲੱਗ ਗਏ, ਗੱਠ ਮਾਰ ਲਾ ਫਿਰ ਸਰ ਦਿੰਦੇ ਹੋਏ ਤੁਸੀਂ ਛੱਡ ਦਿੰਦੇ ਹੋ। ਆਪਾਂ ਹੁਣ ਦੇਣੀ ਨਹੀਂ, थलों सार नहीं पर सार पेचा ला के देख लिया। ओ देख ला, ओ भी लुट लिया, दस्या खेत ने उत्ते पतंग छड बंदे छड्डे होए ने होर ने ਬਹੁਤ ਆ। ਵੱਧ ਗਿਆ ਵੱਧ ਗਿਆ ਜ਼ਰੂਰੀ ਆ ਕੇ ਥੱਲੋਂ ਸਾਰ ਲਈ। ਕੋਈ ਨਹੀਂ, ਜਾਣਦੇ 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 ਉਹ ਇੱਕ ਮਿੰਟ ਬਹੁਤੇ ਜੇ ਧਰਦੇ ਥੋ ਹੌਲੀ ਜੇ ਕਰਕੇ ਜਾਂਦੇ 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 ਉਹ ਗੱਠ ਗਾ ਲੱਗ ਗਿਆ ਬਈ ਉੱਤੇ ਧਰਿਆ। ਆਹ ਦੇਖ ਹੋਰ ਥੱਲੇ ਹੋ ਜਾ, ਪੇਚੇ ਕੱਢ ਕੇ ਲੈ ਜਾਣਾ ਉਹਨੇ। ਉਹ ਗਿਆ ਆਪਣਾ, ਡੁੱਬ ਗਿਆ। ਕੀ ਹੋ ਗਿਆ ਪਤਾ ਨਹੀਂ, ਕਿੱਥੋਂ ਟੁੱਟਿਆ, ਗੱਠ ਕੋਲੋਂ ਨਾ ਟੁੱਟਿਆ ਉਹ ਵੀ, ਬਸ ਵੱਡੇ ਗਿਆ ਯਾਰ। ਇੰਨੀ ਡੋਰ ਆ, ਇੱਕ ਮਿੰਟ ਤੂੰ ਲਾ ਖਿੱਚ ਸਾਰੀ ਡੋਰ ਦੇਖਦੇ ਗੱਠ ਕੋਲੋਂ ਤਾਂ ਗਿਆ ਹੋਵੇ। ਦਿਖਾ ਖਿੱਚ, ਅਰੇ ਗੱਠ ਆ ਗਈ। ਹਾਂ ਦੇਖਣ ਤਾਂ ਦੇ ਬਈ, ਹਾਂ ਗੱਠ ਆ, ਦੇਖ ਗਈ ਮੈਨੂੰ ਵੀ। ਇੱਕ ਵਾਰ ਇਹਨਾਂ ਨੂੰ ਲਾਈਵ ਦਿਖਾ ਦਈਏ ਗੱਠ ਕੋਲੋਂ। ਗੱਠਾਂ ਭੈੜੀਆਂ ਨੇ, ਇਹਦੇ ਵਿੱਚ ਤਾਂ ਗੱਠ ਪਵੇ ਹੀ ਨਾ, ਧਾਗੇ ਵਾਲੀ 'ਚ ਗੱਠ ਨਾ ਪਵੇ। ਸਹੀ ਗੱਲ, ਉਤਾਰ ਕੇ ਦੁਬਾਰਾ ਚਾੜ ਲਓ, ਗੱਠ ਨਾ ਪਵੇ, ਗੱਠ ਨਾ ਪਵੇ। ਨਹੀਂ ਊਂ ਡੋਰ ਵਧੀਆ ਨਾ, ਊਂ ਡੋਰ ਤਾਂ ਘੈਂਟ ਆ ਪੂਰੀ। ਆਪਾਂ ਕੱਲ ਕਰਾਂਗੇ ਇਹਦੀ ਪ੍ਰੋਪਰ ਟੈਸਟਿੰਗ ਹੈ ਨਾ। ਇਹ ਵੀ ਚੀਰੇ ਦਿੰਦੀ ਆ ਬਹੁਤ, ਪਤੰਗ ਦੀਆਂ ਤਿਆਰੀਆਂ ਹੋ ਰਹੀਆਂ ਨੇ ਬਈ। ਬਹੁਤ ਵੱਡਾ ਪਤੰਗ ਬਣਨ ਜਾ ਰਿਹਾ ਅਤੇ ਬਾਂਸ ਛੋਟਾ ਪੈ ਰਿਹਾ ਤਾਂ ਬਾਂਸ ਵੀ ਹਲੇ ਲੈ ਕੇ ਆਉਣ ਚੱਲੇ ਨੇ। ਚਾਦਰ ਹੀ ਬਣਾਈ ਪਈ ਹੈ ਮਿੱਤਰ, ਸੋਚੋ ਜੇ ਕਾਗਜ਼ ਏਡਾ, ਬਟਰ ਪੇਪਰ ਦਾ ਬਣ ਰਿਹਾ ਨਾਲੇ ਸਪੈਸ਼ਲ ਡਿਮਾਂਡ 'ਤੇ, ਜੇ ਕਾਗਜ਼ ਏਡਾ ਤਾਂ ਪਤੰਗ ਕਿੱਡਾ ਹੋਊ। ਕਰ ਦਿਓ ਬੱਚੇ ਪੈਕ, ਤੈ ਹੀ ਮਾਰਤੀ ਹੈ ਚਾਦਰੇ ਬਣ ਗਈ।